ਅਸੀਂ ਤਰਨਤਾਰਨ ਅੰਮ੍ਰਿਤਸਰ ਬਾਈਪਾਸ ਤੇ ਇਸ ਵੇਲੇ ਖੜੇ ਹਾਂ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ 15 ਅਗਸਤ ਜਿਹੜਾ 77ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਇਸ ਵਾਰੀ ਜਿਹੜਾ ਵਾ ਸ਼ਾਨ ਸ਼ੌਕਤ ਨਾਲ ਪੁਲਿਸ ਲਾਈਨ ਦੇ ਵਿੱਚ ਉਹਦੇ ਸੰਬੰਧ ਵਿੱਚ ਜਿਹੜੀ ਆ ਸੁਰੱਖਿਆ ਜਿਹੜੀ ਆ ਸਖਤੀ ਕੀਤੀ ਗਈ ਆ ਸੁਰੱਖਿਆ ਦੇ ਜਿਹੜੇ ਆ ਪੁਖਤਾ ਪ੍ਰਬੰਧ ਕੀਤੇ ਗਏ ਆ ਔਰ ਤਰਨ ਤਾਰਨ ਬਾਈਪਾਸ ਤੇ ਜਿਹੜੀ ਆ ਬਿਲਕੁਲ ਕਮਾਂਡੋ ਫੋਰਸ ਪੰਜਾਬ ਪੁਲਿਸ ਦੇ ਨਾਲ ਜਿਹੜੀ ਲੱਗੀ ਹੋਈ ਆ ਔਰ ਆਉਣ ਜਾਣ ਵਾਲੇ ਵਾਹਨਾਂ ਨੂੰ ਜਿਹੜਾ ਵਾ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਖਿਆ ਜਾ ਰਿਹਾ ਵਾ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਔਰ ਤਰਨ ਤਾਰਨ ਜਿਹੜਾ ਬਾਈਪਾਸ ਤੇ ਜਿਹੜਾ ਵਾ ਡੀਐਸਪੀ ਸਾਹਿਬ ਜਿਹੜੇ ਆ ਇੱਥੇ ਤਰਸੇਮ ਮਸੀਹ ਜੀ ਉਹ ਨਾਲ ਨੇ ਉਹ ਦੱਸਣਗੇ ਵੀ ਜਿਹੜੇ ਇਹ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਚੱਲ ਰਹੇ ਆ ਔਰ ਸ਼ਹਿਰ ਦੇ ਵਿੱਚ ਕਿੰਨੇ ਨਾਕੇ ਲਗਾਏ ਗਏ ਆ ਔਰ ਇਸ ਤੋਂ ਪਹਿਲਾਂ ਇੱਕ ਵੱਡਾ ਫਲੈਗ ਮਾਰਚ ਵੀ ਕੱਢਿਆ ਗਿਆ ਵਾ ਜੀ ਸਰ ਜਿਹੜੇ ਤਰਨ ਤਾਰਨ ਨਾਕਾਬੰਦੀ ਕੀਤੀ ਗਈ ਆ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਕੀ ਕਹਿਣਾ ਆਜ਼ਾਦੀ ਦਿਹਾੜੇ ਤੇ ਅਸੀਂ ਸ਼ਾਂਤੀ ਮਾਹੌਲ ਜਿਹੜਾ ਬਣਾ ਕੇ ਰੱਖਣ ਦੀ ਅਪੀਲ ਕਰਦੇ ਹਾਂ ਵੀ ਸਾਰੇ ਸ਼ਾਂਤੀ ਮਾਹੌਲ ਬਣਾ ਕੇ ਰੱਖਣ ਅਤੇ 15 ਅਗਸਤ ਖੁਸ਼ੀਆਂ ਖੁਸ਼ਹਾਲੀ ਮਨਾਈ ਜਾਵੇ ਅਸੀਂ ਨਾਕੇ ਦੇ ਹਰ ਨਾਕੇ ਦੇ ਚੈਕਿੰਗ ਕਰਦੇ ਵੀ ਕਿਲਾ ਦੀ ਕੋਈ ਸ਼ੱਕੀ ਕੋਈ ਬੰਦਾ ਇਹੋ ਜਿਹਾ ਅਨਸਰ ਕੋਈ ਅਣਸਖਾਵੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਸਾਰੇ ਨਾਕੇ ਲਏ ਪੈਟਰੋਲਿੰਗਾਂ ਮਹਾਂਯੋਗ ਡੀ ਜੀ ਪੀ ਸਾਹਿਬ ਦੇ ਹੁਕਮ ਮੁਤਾਬਕ ਫਲੈਗ ਮਾਰਚ ਕੀਤੀ ਗਈ ਵਧੀਆ ਤਰੀਕੇ ਨਾਲ ਜਿਹੜੀ ਸ਼ਾਂਤੀ ਮਈ ਜਿਹੜੇ 15 ਅਗਸਤ ਮਨਾਈ ਜਾਵੇ ਤਰਨ ਤਾਰਨ ਜਿਹੜਾ ਪੁਲਿਸ ਲਾਈਨ 'ਚ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਜਾਣਾ ਉਹਦੇ ਵਾਸਤੇ ਕਿੰਨੀ ਫੋਰਸ ਲਗਾਈ ਜਾ ਰਹੀ ਆ ਔਰ ਸਾਰੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਔਰ ਕਿੰਨੇ ਨਾਕੇ ਲੱਗਣਗੇ ਉੱਥੇ ਤਕਰੀਬਨ ਬਹੁਤ ਘੱਟ ਤੋਂ ਘੱਟ 20 ਕੁ ਨਾਕੇ ਦੇ ਕਰੀਬ ਲੱਗਣਗੇ ਵਧੀਆ ਉੱਥੇ ਪੈਟਰੋਲਿੰਗਾਂ ਲੱਗੇ ਨੇ ਪਾਰਕਿੰਗ ਦਾ ਵਧੀਆ ਇੰਤਜ਼ਾਮ ਕੀਤਾ ਵਾ ਹਰ ਇੱਕ ਚੀਜ਼ ਦਾ ਹਰ ਵਧੀਆ ਇੰਤਜ਼ਾਮ ਕਰਕੇ ਵਧੀਆ ਤਰੀਕੇ ਨਾਲ ਜਿਹੜੇ ਵਾ 15 ਅਗਸਤ ਮਨਾਈ ਜਾਵੇ ਬਿਲਕੁਲ ਸ਼ਾਂਤਮਈ ਮਾਹੌਲ ਦੇ ਵਿੱਚ ਜਿਹੜੀ ਆ 15 ਅਗਸਤ 77ਵਾਂ ਆਜ਼ਾਦੀ ਦਿਹਾੜਾ ਜਿਹੜਾ ਮਨਾਉਣ ਦੀਆਂ ਜਿਹੜੀਆਂ ਵਾ ਉਹ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਵਾ ਔਰ 77ਵੇਂ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਜਿਹੜਾ ਉਹ ਤਰਨ ਤਾਰਨ ਪੁਲਿਸ ਲਾਈਨ 'ਚ ਮਨਾਇਆ ਜਾ ਰਿਹਾ ਵਾ ਔਰ ਪ੍ਰਸ਼ਾਸਨ ਵੱਲੋਂ ਪੂਰੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਔਰ ਸਾਰੇ ਜਿਹੜੇ ਬਾਈਪਾਸ ਤਰਨ ਤਾਰਨ ਨੂੰ ਆਉਣ ਜਾਣ ਵਾਲੇ ਰਸਤੇ ਆ ਇਹਨਾਂ ਦੇ ਨਾਕਾਬੰਦੀ ਕਰਕੇ ਵਾਹਨਾਂ ਦੇ ਜਿਹੜੀ ਆ ਬਰੀਕੀ ਨਾਲ ਨਿਗਾਹ ਰੱਖੀ ਜਾ ਰਹੀ ਆ ਤਾਂ ਜੋ ਕੋਈ ਸ਼ੱਕੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਮਨਵਿੰਦਰ ਮਿਲਾਪ ਮਿਲਾਪ ਨਿਊਜ਼ ਤਰਨ ਤਾਰਨ